ਨਮਸਕਾਰ ਖਬਰਾਂ ਦੇਸ਼ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾ ਪੇਸ਼ ਨੇ ਚੁੰਦਿਆ ਭਾਰਤੀ ਫੌਜ ਦੇ ਮੁਖੀ ਐਮ ਐਮ ਨਰਵਣੇ ਅੱਜ ਸਵੇਰੇ ਆਪਣੀ ਦੋ ਦਿਨਾਂ ਦੌਰੇ ਤੇ ਲਦਾਖ ਪਹੁੰਚੇ ਜਨਰਲ ਨਰਵਣੇ ਦਾਇਰ ਦौरा ਉਸ ਸਮੇਂਤੀ ਹੋ ਰਿਹਾ ਹੈ ਜਦ ਪੂਰਬੀ ਲਦਾਖ ਦੇ ਵਿੱਚ ਪੈਂਗੋਂਗ ਚੀਲ ਦੇ ਦੱਖਣੀ ਕੰਢੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪਾਂ ਜਾਰੀ ਨੇ 29 ਅਗਸਤ ਦੀ ਦਰਮਿਆਨੀ ਰਾਤ ਭਾਰਤੀ ਫੌਜ ਨੇ ਚੀਨੀ ਫੌਜ ਦੀ ਕੁਸਪੈੜ ਦੀ ਕੋਸ਼ਿਸ਼ ਨੂੰ ناکਾਮ ਕਰਦਿਆਂ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਇਸ ਘਟਨਾ ਤੋਂ ਬਾਅਦ 31 ਅਗਸਤ ਤੋਂ ਲਗਾਤਾਰ 3 ਦਿਨ ਭਾਰਤ ਵਾਲੇ ਪਾਸੇ ਚੁਸ਼ੂਲ ਬਾਰਡਰ ਤੇ ਬ੍ਰਿਗੇਡੀਅਰ ਪੱਧਰੀ ਗੱਲਬਾਤ ਚੱਲੀ ਪੂਰਬੀ ਲਦਾਖ ਖੇਤਰ ਦੇ ਵਿੱਚ ਸ਼ਾਂਤੀ ਬ यतन ने अजि माहौल दरमियान भारती फौज मुखी जनरल नरवणे लद्दाख दौरे नु काफी महत्वपूर्ण समझा जा रहा है लेह तो बाद जनरल नरवणे तुरंत अगलेरी चौंकी दिले रवाना हुए। जनरल नरवणे ने भारतीय चौकिया तैनात सुरक्षा बलों के निजी तौर से गलबात फौज दया की समीखिया ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾ ਰੂਸੀ ਯਾਤਰਾ ਆਜ ਮਾਸਕੋ ਪੁੱਜੇ ਜਿੱਥੇ ਉਹ ਪਲਕੇ ਸ਼ੰਗਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੇ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਸ਼ੰਗਈ ਸਹਿਯੋਗ ਸੰਗਠਨ ਦੇ 8 ਮੈਂਬਰ ਮੁਲਕਾਂ ਦੇ ਰੱਖਿਆ ਮੰਤਰੀਆਂ ਵੱਲੋਂ ਅਤਵਾਦ ਸమేਤ ਖੇਤਰੀ ਸੁਰੱਖਿਆ ਨੂੰ ਹੋਰ ਵੰਗਾਰਾ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ ਇਸ ਮੀਟਿੰਗ ਦੌਰਾਨ ਖੇਤਰੀ ਸੁਰੱਖਿਆ ਵੰਗਾਰਾਂ ਦੇ ਨਾਲ ਸਾਂਝੇ ਤੌਰ ਤੇ ਨਿਜੀਟਨ ਤੇ ਗੱਲਬਾਤ ਕੀਤੀ ਜਾਵੇਗੀ ਰਾਜਨਾਥ ਸਿੰਘ ਰੂਸੀ ਰੱਖਿਆ ਮੰਤਰੀ ਜਰਨਲ ਸ਼ਿਰਜੈ ਸ਼ੋਇਬੂ ਦੇ ਸਦਿੱਤੀ ਮਾਸਕੋ ਦਾ ਦੌਰਾ ਕਰ ਰਹੇ ਨੇ ਇਸ ਦੌਰਾਨ ਔਰ ਸ਼ਾਂਤੀ ਸੁਰੱਖਿਆ ਸੰਧੀ ਸੰਗਠਨ ਦੀ ਮੀਟਿੰਗ ਤੋਂ ਇਲਾਵਾ ਕਾਮਨਵੈਲਥ ਆਫ ਇੰਡੀਪੈਂਡੈਂਟ ਸਟੇਟਸ ਦੀਆਂ ਮੀਟਿੰਗਾਂ ਵਿੱਚ ਵੀ ਸ਼ਿਰਕਤ ਕਰਨਗੇ। ਆਪਣੇ ਟਵੀਟ ਦੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਉਹ ਰੂਸੀ ਰੱਖਿਆ ਮੰਤਰੀ ਜਰਨਲ ਸ਼ੋਇਬੂ ਦੇ ਨਾਲ ਮੀਟਿੰਗ ਦੌਰਾਨ ਦੁੱਲੇ ਸਹਿਯੋਗ ਅਤੇ ਆਪਸੀ ਹਿੱਤ ਦੇ ਮੁੱਦਿਆਂ ਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਖਾਸ ਰਣਨੀਤਿਕ ਪਾਈਵਾਲ ਨੇ ਅਤੇ ਆਪਣੇ ਇਸ ਦੌਰੇ ਦੌਰਾਨ ਉਹ ਪਾਈਵਾਲੀ ਨੂੰ ਹੋਰ ਮਜ਼ਬੂਤ ਕੀਤੇ ਜਾਣ ਪ੍ਰਤੀ ਆਸਵੰਦਨੇ ਜੂਨ ਮਹੀਨੇ ਤੋਂ ਰਾਜਨਾਥ ਸਿੰਘ ਦੀ ਮਾਸਕੋ ਦੀ ਇਹ ਦੂਸਰੀ ਫੇਰੀ ਹੈ 24 ਜੂਨ ਨੂੰ ਮਾਸਕੋ ਦੇ ਵਿੱਚ ਵਿਕਟਰੀ ਡੇ ਪਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ ਕਹਿ ਸਨ ਰੂਸ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਵੀ ਸੱਦਾ ਦਿੱਤਾ ਗਿਆ ਹੈ ਜੋ ਸ਼ੰਗਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਇਸ ਮਹੀਨੇ ਦੀ 10 ਤਰੀਕ ਨੂੰ ਮਾਸਕੋ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਿਰਕਤ ਕਰਨਗੇ ਅਨਲੋਕ 4 ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਕ ਦੇ ਵਿੱਚ 7 ਸਤੰਬਰ ਤੋਂ ਪੜਾਵਾ ਟਾਂਗ ਦੇ ਨਾਲ ਮੈਟਰੋ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੂਰੀ ਵੱਲੋਂ ਮੈਟਰੋ ਸੇਵਾਵਾਂ ਬਹਾਲ ਕਰਨ ਦੇ ਲਈ ਆਦਰਸ਼ ਸੰਚਾਲਨ ਵਿਧੀ ਬਾਰੇ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੈਟਰੋਜ਼ ਦੀਆਂ ਇੱਕ ਤੋਂ ਵੱਧ ਲਾਈਨਾਂ ਨੇ ਵਕ ਵਕ ਲਾਈਨਾਂ ਤੇ 7 ਸਤੰਬਰ ਤੋਂ ਪੜਾਵਾ ਟਾਂਗ ਦੇ ਨਾਲ ਸੇਵਾਵਾਂ ਸ਼ੁਰੂ ਕਰਨਗੇ ਤਾਂ ਜੋ ਸਾਰੇ ਹੀ ਲਾਂਗੇ 12 ਸਤੰਬਰ ਤੱਕ ਚਾਲੂ ਹੋ ਜਾਣ। ਉਨ੍ਹਾਂ ਅਗੇ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਮੈਟਰੋ ਗੱਡੀਆਂ ਦੀਆਂ ਸੇਵਾਵਾਂ ਮੰਟਰ ਟੂ ਟਵੇ ਟਾਂਗ ਦੇ ਨਾਲ ਸ਼ੁਰੂ ਹੋਣਗੀਆਂ ਅਤੇ ਇਹ ਹੌਲੀ-ਹੌਲੀ ਵਧਾਈਆਂ ਜਾਣਗੀਆਂ ਤੇ 12 ਸਤੰਬਰ ਤੱਕ ਪੂਰਨ ਤੌਰ ਤੇ ਮੈਟਰੋ ਸੰਚਾਲਨ ਬਹਾਲ ਕਰ ਦਿੱਤਾ ਜਾਵੇਗਾ। ਪਹਿਲੇ ਚਰਨ ਦੇ ਵਿੱਚ ਮੈਟਰੋ ਸਿਵਾਵਾਂ ਦੋ ਸ਼ਿਫਟਾਂ ਦੇ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ। ਪਹਿਲੀ ਸ਼ਿਫਟ ਸਵੇਰੇ 7 ਵਜੇ ਤੋਂ 11 ਵਜੇ ਤੱਕ ਜਦਕਿ ਦੂਜੀ ਸ਼ਿਫਟ ਸ਼ਾਮ 4 ਵਜੇ ਤੋਂ 8 ਵਜੇ ਤੱਕ ਉਪਲਬਧ ਹੋਵੇਗੀ। ਮੈਟਰੋ ਗੱਡੀਆਂ ਦੀਆਂ ਫੇਰੀਆਂ ਦਾ ਪ੍ਰਬੰਧ ਯਾਤਰੀਆਂ ਦੀ ਭੀੜ ਅਨੁਸਾਰ ਕੀਤਾ ਜਾਵੇਗਾ। ਕਨਟੇਨਮੈਂਟ ਜ਼ੋਨ ਦੇ ਖੇਤਰਾਂ ਦੇ ਵਿੱਚ ਮੈਟਰੋ ਸਟੇਸ਼ਨਾਂ ਦੇ ਦਰਵਾਜ਼ੇ ਨਹੀਂ ਖੁੱਲਣਗੇ। ਸਾਰੇ ਯਾਤਰੀਆਂ ਤੇ ਮੈਂ ਤੁਹ ਕਰਮਚਾਰੀਆਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ ਸਿਰਫ ਅਜਿਹੇ ਵਿਅਕਤੀਆਂ ਨੂੰ ਸਫ਼ਰ ਦੀ ਆਗਿਆ ਹੋਵੇਗੀ ਜਿਨ੍ਹਾਂ ਦੇ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਹੋਣਗੇ ਅਤੇ ਜੋ ਥਰਮਲ ਸਕ੍ਰੀਨਿੰਗ ਸਮੇਂ ਸਹੀ ਪਛਾਣ ਕੇ ਸਮਾਰਟ ਕਾਰਡ ਅਤੇ ਕੈਸ਼ਲੈਸ ਜਾਂ ਡਿਜੀਟਲ ਲੈਂਡੇਨ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ ਟੋਕਨ ਅਤੇ ਪਰਚੀਆਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਹੀ ਤਰੀਕੇ ਦੇ ਨਾਲ ਸੈਨੀਟਾਈਜ਼ ਕਰਨਾ ਜ਼ਰੂਰੀ ਹੋਵੇਗਾ ਇਨ ਅਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਦਿੱਲੀ ਨੌਇਡਾ ਚੰਨਈ ਕੋਚੀ ਬੈਂਗਲੁਰੂ ਮੁੰਬਈ ਲਾਈਨ 1 ਜੈਪੁਰ ਹੈਦਰਾਬਾਦ ਮਹਾ metro ਨ गपुर कोलकाता गुजरात यूपी मेट्रो लखनऊ ने अपनी अपनी आदर्श संचालन प्रक्रिया तैयार कर ली है महाराष्ट्र सरकार ने सितंबर दौरान मेट्रो सेवा शुरू न करने का फैसला किया है। ਭਾਰਤ ਦੇ ਵਿੱਚ ਬੀਤੇ ਦਿਨ ਕੋਰੋਨਾ ਵਾਇਰਸ ਦੇ ਰਿਕਾਰਡ 83883 ਨਵੇਂ ਮਾਮਲੇ ਸਾਹਮਣੇ ਆਏ ਜਿਸ ਸਮੂਹ ਰੁੱਭ ਹੁੰਦਾ ਕੋਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਸੰਖਿਆ 3853406 ਤੱਕ ਪਹੁੰਚ ਗਈ ਹੈ ਬੀਤੇ ਦਿਨ 1043 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਜਿਸ ਤੋਂ ਬਾਅਦ ਮਹਾਮਾਰੀ ਕਾਰਨ ਹੁਣ ਤੱਕ ਕੁੱਲ ਮੌਤਾਂ ਦੀ ਸੰਖਿਆ 60376 ਹੋ ਗਈ ਹੈ ਦੇਸ਼ ਦੇ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 815538 ਹੈ ਜੋ ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦਾ 21.6 ਫੀਸਦੀ ਵੰਡਾਈ ਜਿੱਥੇ ਕੋਰੋਨਾ ਮਾਮਲਿਆਂ ਦੇ ਵਿੱਚ ਤੇਜ਼ ਵਾਧਾ ਦਰਜ ਕੀਤਾ ਜਾ ਰਿਹਾ ਹੈ ਉੱਤੇ ਰੋਜ਼ਾਨਾ ਕੋਵਿਡ-19 ਲਈ ਟੈਸਟਿੰਗ ਵੀ ਵੱਡੇ ਪੱਧਰ ਤੇ ਵਧ ਰਹੀ ਹੈ। ਬੀਤੇ ਦਿਨ ਰਿਕਾਰਡ 11,72,179 ਸੈਂਪਲਾਂ ਦੇ ਕਰੋਨਾ ਟੈਸਟ ਹੋਏ ਅਤੇ ਹੁਣ ਤੱਕ ਕੁੱਲ ਕਰੋਨਾ ਟੈਸਟਾਂ ਦਾ ਆਂਕੜਾ 4 ਕਰੋੜ 55 ਲੱਖ 9380 ਹੋ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲਟਨ ਖਤਮ ਹੁੰਦਾ ਹੈ। ਨਮਸਕਾਰ।